भले 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 आप पहले ही ना ले आए मैं ये उठे था मैं लीली दारू था भाषू में भले भले मेरे 5,500 नू किलो लाई जाते हैं ना नेरा गांधा था अंत बेगला तड़के ही तैयार हो गया पोतरा भले 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 बेगला है लाज में पढ़ लिख के अफसर बनू और मेरा सारा दूजा हले तक सोता पे हाँ भैया पोतरा मेरा नाम रोशन करूंगा मैं पहले जन्म तो पता थी कलिया काल है जनू पाड़न और देखला मेरा साड़ा सोता पे आ हाँ बारह बज चल खान मेरे साड़ा एने एक दिन नौकरी ते लग जाना पांडे मांजे बापू इन्हें कुछ नहीं करना कोई नहीं बापू डब्बा जे इतनी रख दी थे कोई नहीं आता कोई नहीं पता मैं ठाव रे बड़ा ठाव की मैं ठाव ना पता मैं ठाव ना बल्ला बल्ला मेरा चल ले आ रहा बल्ला मैं ठाव ना आ रही हाँ तेरा सारा ये कहाँ देखना है 12 बजे पाया लम्बियाँ तान के छोटा पिया तो जब आकर देखना है तेरा मौके आजा तैयार होके कालेज नू चले आ ये देखला मेरा सारा लाटे छोटा बेटा बैठे 12 बज गए हले तक धोता पेड़ बापू तैयार होके स्कूल नू चल तू बड़ा समान कंजर दा बढ़िया दिक्की फिरदा अज कलू जी डबूनी मेरा नाम रोशन होने का बापू ऐतवार ऐतवार ਬਾਪੂ ਉਹ ਕਿਸੇ ਪਾਸੇ ਹੋਰ ਜਾਂਦਾ ਤੈਨੂੰ ਫੁੱਦੂ ਬਣਾਇਆ ਕਮਲ ਖੜ ਬਾਪੂ ਤੇਰੇ ਮਾ ਸਾਰਾ ਕੁਝ ਆਉਂਦਾ ਛੱਜ ਕੇ ਲੈ ਆ ਛੱਜ ਕੇ ਲੈ ਆਉਰੇ ਮੈਨੂੰ ਫੁੱਦੂ ਬਣਾਉਂਦਾ ਇਧਰਾ ਸੇ ਆਉਣੋਂ ਇਧਰਾ ਸੇ ਢੋਲਿਆ ਨੂੰ ਫੁੱਦੂ ਬਣਾਵੇ ਕਿੱਥੇ ਆਏ ਹੈ ਬਾਪੂ ਇੱਕ ਮਿੰਟ ਇੱਥੇ ਖੜੀ ਮੜਾ ਤੈਨੂੰ ਮੈਂ ਸੁਣਾਉਣਾ ਗੱਲਾਂ ਕਿੱਥੇ ਜਾਂਦਾ ਆ ਜਾ ਆ ਜਾ ਇੱਥੇ ਘੱਟ ਬਾਪੂ ਆ ਜਾ ਕੋਈ ਕੀ ਕਰਦਾ ਬਾਪੂ ਖਾ ਰਿਹਾ ਮੈਂ ਖਾ ਜਾ ਓਏ ਅੱਜ ਤਾਂ ਇਤਵਾਰ ਹੈ ਤੂੰ ਕਿੱਥੇ ਜਾਣਾ खुशबू बड़ी मार दी अच्छा बापू बन के बापू बन के जरूरी मेरा साला मेरा ने आप चित्र खा ले ना मेरे पोते पैसे दिलु मिल जाना साला अपने से दिलु मिलन दा मेनू सौण दा हो कुत्ते मेनू इथे आके कुटन लग गया कुत्ते मेनू कुटरा तेरा तो तू दा सौंदे ही सीगा मेरे हाले नींद खराब हुंदी सी दस की हुंदा सी बड़ा बड़ा ददू अच्छे बठेला दा 10 मिनट ओने ते मैं निकल जांदा भैन बड़ा ओ बड़ा किथे रोणो दा बाद च तू कौन मैं कौन फिर ताई सी किथे अक लग गया ओए बुढ़ा जा इथे यार
ਓਏ ਇਹ ਤਾਂ ਹਰੇਕ ਕੰਮ ਚ ਟੰਗ ਡਾਉਣ ਲੱਗ ਗਿਆ। ਬਾਹਰ ਜਾਂਦੇ ਤਾਂ ਟੰਗ ਡਾਉਣਾ, ਇੱਥੇ ਬਹਿਣਾ ਤਾਂ ਟੰਗ ਡਾਉਂਦਾ। ਇਹਦਾ ਕੋਈ ਜਗਾੜ ਕਰ ਬਾਈ ਬਣ ਕੇ। ਕੀ ਜਗਾੜ ਕਰਾਂਗਾ? ਜੋ ਮਰਜ਼ੀ ਕਰ ਬਾਈ ਬਣ ਕੇ ਜਗਾੜ ਕਰ, ਜੋ ਮਰਜ਼ੀ ਕਰ। ਇਹਨੂੰ ਪਿੰਡ ਤੋਰ ਇੱਥੋਂ ਵੀਰਾ ਬਣ ਕੇ। ਪਿੰਡ ਤੋਰ? ਹੋਰ ਨਹੀਂ ਤਾਂ ਲਹੂ ਪੀ ਲਓ, ਆਪਣਾ ਇਹਨੇ ਕੁਛ ਨੀ ਕਰਨ ਦੇਣਾ ਇੱਥੇ। ਆਪਾਂ ਉਹ ਪਿੰਡ ਤਾਂ ਮੇਰਾ ਹੀ ਬਥੇਰਾ ਤੋਰ ਨੂੰ ਜੀ ਕਰਦਾ, ਤੈਨੂੰ ਕੀ ਲੱਗਦਾ ਹੈ ਪਿੰਡ ਹੁਣ ਵਗ ਜੂ? ਚਸਕਾ ਚੰਡੀਗੜ੍ਹ ਦਾ ਪੈ ਗਿਆ ਇਹਨੂੰ ਬਾਈ। हालात दोनों एक बथेरी पहला ऐश करते जो होंगे नहीं सीगा। स्कीम तो मेरे को दसा तेन स्कीम की है। यह एक तो डर है अपनी जी बड़ी भूआ नी बापू की भैन आ जी तो डर भूआला मैं जगाड़ के खिला देना। पहला गेट खिला तू बाहर जाके उ मैं लाना भूआला जगाड़ बड़ा बुढ़ी पे खिला डब्बा तेरे सामने पे लाठकिया को जाना मैनू पताया सारा गलती गल कानू ना गलत कर मोटू पतलू देख ला मोटू पतलू देख टीवी बारा बारा हाथ देख ला बापू तेरा नंबर फीड है मेरे को। ਪੂਆ ਤੈਨੂੰ ਇੱਕ ਗੱਲ ਦੱਸਣੀ ਸੀ ਮੈਂ। ਕੀ ਹੋ ਗਿਆ? ਉਹ ਪੂਆ ਤੈਨੂੰ ਕੀ ਦੱਸਾਂ, ਪਰਾ ਜਮਾ ਬਰਬਾਦ ਹੋ ਗਏ ਪੂਆ। ਹੁਣ ਤੈਨੂੰ ਕੀ ਦੱਸਾਂ, ਮੇਰਾ ਦਾਦਾ ਸਾਡੇ ਕੋਲ ਚੰਡੀਗੜ੍ਹ ਆ ਕੇ ਬਹਿ ਗਿਆ। ਉਹਦਾ ਚੰਡੀਗੜ੍ਹ ਦੱਸ ਕੀ ਕੰਮ ਆ ਪੂਆ, ਇੱਥੇ ਸਾਡੇ ਕੋਲ ਆ ਕੇ ਬਹਿ ਗਿਆ। ਨਾ ਤਾਂ ਉਹ ਸਾਨੂੰ ਪੜ੍ਹਨ ਜਾਣ ਦਿੰਦਾ, ਨਾ ਸਾਨੂੰ ਬਾਹਰ ਜਾਣ ਦਿੰਦਾ। ਪੂਆ ਇੱਥੇ ਸਾਡੇ ਨਾਲ ਲੜੀ ਜਾਂਦਾ। ਕਿਹਦੇ ਨਾਲ ਲੜ ਪਿਆ? ਇੱਥੇ ਦੋ ਮੁੰਡੇ ਆਏ ਨੇ ਸਾਡੇ ਫਲੈਟ 'ਚ, ਉਹਨਾਂ ਨਾਲ ਲੜ ਲੱਗ ਜਾਂਦਾ ਪੂਆ, ਬਾਹਲੀ ਲੜਾਈ ਕਰੀ ਜਾਂਦਾ ਪੂਆ। ਤੈਨੂੰ ਹੋਰ ਤਾਂ ਹੋਰ ਕੀ ਗੱਲ ਦੱਸਾਂ ਪੂਆ, ਮੈਂ ਤਾਂ ਦੱਸਦੇ ਨੂੰ ਵੀ ਸ਼ਰਮ ਆਉਂਦੀ ਆ। ਪੂਆ ਇੱਥੇ ਚੰਡੀਗੜ੍ਹ 'ਚ ਜਨਾਨੀ ਨਾਲ ਗਿੱਜ ਗਿਆ ਪੂਆ, ਜਨਾਨੀ ਨਾਲ। ਕੀ ਕੰਜਰਾਂ ਵਾਲੇ ਕੰਮ ਫੜ ਲਏ? ਪੂਆ ਤਾਂ ਵਿਆਹ ਕਰਾਉਣ ਨੂੰ ਫਿਰਦਾ ਪੂਆ, ਇੱਥੋਂ ਆ ਕੇ ਉਹਨੂੰ ਲੈ ਜਾ, ਨਹੀਂ ਤਾਂ ਚੰਗੀ ਰਹੇਗੀ, ਨਹੀਂ ਤਾਂ ਆਪਾਂ ਬਰਬਾਦ ਹੋ ਜਾਵਾਂਗੇ। ਪੂਆ ਸਾਡੇ ਕੋਲ ਆ ਜਾ ਇੱਥੇ। ਤੂੰ ਫਿਕਰ ਨਾ ਕਰ, ਮੈਂ ਸਵੇਰੇ ਤੇ ਸ਼ਾਮ ਨੂੰ ਪਹੁੰਚਦੀ ਆ ਤੇਰੇ ਕੋਲ। ਪੂਆ ਤੂੰ ਸ਼ਾਮ ਨੂੰ ਹੀ ਪਹੁੰਚ ਜਾ, ਸ਼ਾਮ ਨੂੰ ਆ ਕੇ ਲੈ ਜਾ ਪੂਆ। ਪੂਆ ਤੂੰ ਆਵੇਂਗੀ ਕਿਵੇਂ ਸੱਚ? ਗੱਡੀ ਚਲਾ ਕੇ ਲੈ ਗਿਆ ਉਹਨੂੰ। ਗੱਡੀ ਚਲਾਉਣੀ ਆ ਗਈ ਤੈਨੂੰ ਪੂਆ? ਮੈਨੂੰ ਸਾਰਾ ਕੁਛ ਆਉਂਦਾ। ਅੱਛਾ ਪੂਆ, ਸਾਨੂੰ ਕਿਵੇਂ ਲੱਭੇਂਗੀ ਫਿਰ ਇੱਥੋਂ? अपना घर नहीं तो बर्बाद हो जूगा पुआ। दादे ने बाला साडा जाना हराम कराया पिया पुआ। टेंशन ना ले, तू मैनू लोकेशन भेज दी, मैं आप ही तेरे कोले पहुंच जू। पुआ पहुंच जी, जे तू ना ही समझा तेरे पोते दा मर गए। ਪੂਆ ਨਹੀਂ, ਅਸੀਂ ਖੁਦਕੁਸ਼ੀ ਕਰ ਲਾਂਗੇ ਪੂਆ ਬਣ ਕੇ। ਪਹੁੰਚ ਜੀ। ਠੀਕ ਹੈ, ਮੈਂ ਆਉਂਦੀ ਹਾਂ, ਫਿਕਰ ਨਾ ਕਰੋ। ਚੰਗਾ ਫਿਰ ਮੈਂ ਪਹੁੰਚਦੀ ਹਾਂ, ਮੈਨੂੰ ਥੱਲਿਓ ਆ ਕੇ ਲੈ ਜਿਓ। ਹਾਂ, ਆ ਕਿੱਥੇ ਕੰਜਰ ਨੇ ਪਸੂੜੀ ਪਾਤੀ? ਬਸ ਠੀਕ ਹੈ, ਚੱਕ ਲੈ ਵੀ ਆਉਣਾ ਲਾ। ਓਏ ਆਉਣਾ ਲਾ ਤੇ ਕੋਕੇ। ਓਏ ਇਹ ਜਵਾਕਾਂ ਨੂੰ ਤੰਗ ਕਰਿਆ, ਪੜਨ ਵੀ ਨਹੀਂ ਦਿੰਦਾ। ਵੇ ਦੁਲਿਆ, ਵੇ ਮੇਰੀ ਗੱਡੀ ਕੱਢ ਦੇ, ਨਾਲੇ ਧੋਦੇ ਨੂੰ ਸਮਾਰ ਕੇ, ਮੈਂ ਚੰਡੀਗੜ੍ਹ ਜਾਣਾ। ਮੈਂ ਵੀ ਤਿਆਰੀ ਕਰਨਾ, ਬਣਾਉਣੀ ਆ ਰੇਲ ਕੰਜਰ ਦੀ। ਹਾਂ, ਉਹਨੂੰ ਸਿਖਾਉਂਗੀ ਸਬਕ, ਜੇ ਨਾ ਸਬਕ ਸਿਖਾ ਮੈਨੂੰ ਵੀ ਬੀਬਾ ਭੂਆ ਨਾ ਜਾਣਿਓ। ਹਾਂ ਮੈਂ ਤਾਂ ਗੱਡੀ ਚਲਾ ਚਲਾ ਕੇ ਥੱਕ ਗਈ, ਮੂੰਹ ਤੇ ਕਰ ਲੈਣੀ ਆ, ਹੋਰ ਕਿਤੇ ਵਿੱਚੀ ਨਾ ਨਿਕਲੀ। ਦੂਰ ਆ
ਢਿੱਡ ਹੌਲਾ ਹੋ ਗਿਆ ਸਰ ਬੜਾ ਪ੍ਰੈਸ਼ਰ ਪਿਆ ਓਹੋ ਹੁਣ ਮਿਲੀ ਆ ਸ਼ਾਂਤੀ ਢਿੱਡ ਵੀ ਹੌਲਾ ਹੌਲਾ ਹੋ ਗਿਆ ਜੇ ਨਾ 2 ਮਿੰਟ ਮੂਤੀ ਐ ਨਹੀਂ ਪਤਾ ਮੇਰਾ ਬਲੈਟਰੀ ਨਿਪਾੜ ਜਾਣਾ ਸੀ ਚੱਲ ਬੀਬੋ ਚੱਲੀਏ ਲੇਟ ਹੋ ਗਈ ਮੈਂ ਤਾਂ ਫਿਰ ਰੋਕ ਲੈ ਹਾਂ ਮੈਨੂੰ ਚੜਾ ਲੈਣ ਦੇ ਸੜਕ ਤੇ ਹਾਂ ਇਹ ਵੀ ਖਿੱਚੀ ਆਉਂਦੇ ਨੇ ਲੈ ਚੰਡੀਗੜ੍ਹ ਤਾਂ ਮੈਂ ਪਹੁੰਚ ਗਈ ਜਿਹੜੀ ਲੋਕੇਸ਼ਨ ਭੇਜੀ ਸੀ ਉਹ ਦੇਖਦੀਆਂ ਕਿੱਥੇ ਡੇਰੇ ਲਾਏ ਨੇ ਇਹਨਾਂ ਨੇ ਲੋਕੇਸ਼ਨ ਭੇਜਤੀ ਸੀ ਮੈਨੂੰ ਖੁੱਲ ਗਈ ਆਏ ਹਾਏ ਹਾਏ ਮੈਂ ਵੀ ਦੇਖਦੀ ਆ ਕੀ ਕਰਦੇ ਨੇ ਅੱਛਾ ਉੱਥੋਂ ਕਹਿੰਦੀ ਸੱਜੇ ਪਾਸੇ ਮੁੜ ਜਾਓ ਗੋਲ ਖਦੂਰੇ ਜੇ ਤੋਂ ਠੀਕ ਆ ਇਹ ਇੱਥੇ ਰੱਖ ਲੈਣੀ ਆ ਅੱਛਾ ਠੀਕ ਆ ਕੋਈ ਗੱਲ ਨੀ ਅੱਛਾ ਉੱਥੋਂ ਖੱਬੇ ਪਾਸੇ ਮੁੜ ਜਾਓ ਇਹ ਤਾਂ ਬਾਹਲੀ ਸਿਆਣੀ ਕੁੜੀ ਆ ਸਾਰਾ ਕੁਝ ਅਸੀਂ ਦੱਸੀ ਜਾਂਦੀ ਆ ਦੇਖ ਲੈ ਕਿੰਨਾ ਸਮਾਂ ਬਦਲ ਗਿਆ ਆਹ ਦੇਖ ਲੈ ਸਾਡੇ ਵੇਲੇ ਕਿਹੋ ਜਿਹਾ ਜ਼ਮਾਨਾ ਹੁੰਦਾ ਸੀ 20 ਤੋਂ ਪੁੱਛਣਾ ਪੈਂਦਾ ਸੀ ਆਹਾ ਕਿੰਨੀ ਹਰਿਆਲੀ ਆ ਇੱਥੇ ਤਾਂ ਹੀ ਇੱਥੇ ਮੀਂਹ ਪੈਂਦਾ ਚੰਡੀਗੜ੍ਹ ਚ ਕਿੰਨੇ ਬੂਟੇ ਨੇ ਉਹ ਪਿੰਡਾਂ ਦੇ ਵਿੱਚ ਆਪਣੇ ਕੋਈ ਬੂਟੇ ਲਾ ਕੇ ਨੀ ਰਾਜੀ ਘਰਾਂ ਤੇ ਜ਼ੋਰ ਦਿੱਤਾ ਪਿਆ ਇੱਥੇ ਤਾਂ ਘਰਾਂ ਦੇ ਵਿੱਚ ਵੀ ਕਿੰਨੀ ਸੋਹਣੀ ਹਰਿਆਲੀ ਆ ਆਹਾ ਜਦੋਂ ਸਵੇਰੇ ਆਪਾਂ ਹਰਿਆਲੀ ਦੇਖਦੇ ਆ ਮੱਥੇ ਲੱਗਦੀ ਆ ਕਿੰਨਾ ਵਧੀਆ ਦਿਨ ਲੰਘਦਾ ਆਹਾ ਮੇਰਾ ਵੀ ਜੀ ਕਰਦਾ ਮੈਂ ਤਾਂ ਪੋਤਿਆਂ ਨੂੰ ਕਹੂੰ ਵੀ ਵੇਚੋ ਚਾਹੇ ਜ਼ਮੀਨ ਮੈਨੂੰ ਵੀ ਹੀਰੇ ਰੱਖ ਲਓ ਤਾਂ ਹੀ ਜਾ ਖਾਣ ਤੇ ਪਿੰਡ ਘੱਟ ਜਾਂਦੇ ਆ ਕੰਮ ਕਰ ਲਿਆ ਕਰੋ ਕੋਈ ਹਾਂ ਇੱਥੇ ਮੰਗਦੀਆਂ ਫਿਰਦੀਆਂ ਗੀ ਕੰਮ ਕਰ ਲਓ ਕੰਮ ਤਾਂ ਕੋਈ ਕਰਦਾ ਨਹੀਂ ਠੀਕ ਆ ਨਾ ਗੱਲ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਵੇ ਭਾਈ ਮੈਂ ਇੱਧਰ ਨੂੰ ਮੋੜਨਾ ਹਾਂ ਭਾਈ ਖੜ ਜਾ ਪੁਲਿਸ ਵਾਲਾ ਪਿੱਛੇ ਆਲੇ ਭੰਨਣਾ ਮੇਰੇ ਕੋਲ ਦੀ ਨਗਾਹ ਕੇ ਲੈ ਗਿਆ ਕੋਈ ਗੱਲ ਨੀ ਟੈਨਸ਼ਨ ਨਾ ਲੈ ਮੈਂ ਵੀ ਉਂਗਲ ਤੇ ਗੱਡੀ ਘੁਮਾ ਦੇਣੀ ਆ ਮੈਨੂੰ ਵੀ ਫੁੱਲ ਆਉਂਦੀ ਆ ਚਲਾਉਣੀ ਇਹੋ ਜਿਹੀ ਗੱਲ ਨੀ ਹੈਗੀ ਆਹ ਦੇਖ ਲੈ ਕੈਪਟਨ ਖੜਾ ਗਾ ਭੁੰਨਣਾ ਇਹ ਤਾਂ ਬਾਲੇ ਗੱਪ ਮਾਰਦਾ ਗੱਪੀਆਂ ਦਾ ਸਰਦਾਰ ਕੈਪਟਨ ਸਰਕਾਰ ਭਾਜਦੀ ਘਾਟਾ ਅੱਗੇ ਤਾਂ ਸ਼ੇਗਰ ਵਾਲੀ ਲੈ ਕੇ ਆਉ ਮੈਂ ਵੀ ਯਾਰ ਮੈਂ ਵੀ ਚੱਕ ਦੂਗੀ ਫੱਟੇ ਟਰੱਕ ਵਾਲਾ ਭੁੰਨਣਾ ਮੇਰਾ ਕਿੰਨੇ ਟਾਈਮ ਦਾ ਪਿੱਛੇ ਆਈ ਜਾਂਦਾ ਮੈਨੂੰ ਲੱਗਦਾ ਇਹਨੇ ਸ਼ੀਸ਼ੇ ਥਾਈ ਦੇਖ ਲਿਆ ਹੋਊ ਟਰੱਕ ਵਾਲਿਆਂ ਦੀ ਅੱਖ ਬਾਲੀ ਮੈਲੀ ਹੁੰਦੀ ਆ ਡੱਕਰ ਦੇ ਮਾਇਨ ਪਿੱਛੇ ਭੁੰਨਣੇ ਹੁਣ ਰੱਖ ਕੇ ਦਿਖਾ ਮੇਰੇ ਨਾਲ ਮੂਹਰੇ ਆਹ ਲਾਈਟਾਂ ਜੀ ਉਹਦੀ ਆ ਜਾਂਦੀਆਂ ਨੇ ਮੇਰਾ ਜੀ ਕਰਦਾ ਇਹਨਾਂ ਨੂੰ ਪੱਟੀ ਦੇਵਾਂ ਇੱਥੇ ਭਾਨੇ ਉਰੀ ਰਹਿੰਦੇ ਨੇ ਸਾਡੇ ਮੁੰਡੇ ਕੋਟ ਦੂਨੇ ਤੋਂ ਵੇ ਮੈਂ ਉਹਨਾਂ ਦੀ ਭੂਆ ਲੱਗਦੀ ਆ ਸਤਿ ਸ੍ਰੀ ਅਕਾਲ ਲੈ ਮੈਂ ਤਾਂ ਪਾਲਚ ਕੀ ਲੋਕੇਸ਼ਨ ਤੇ ਮੈਂ ਤਾਂ ਲੱਭ ਲਾ ਪਤਾਲ ਚ ਬੰਦਾ ਮੈਨੂੰ ਚਾਰ ਪਿੰਡ ਭੂਆ ਕਹਿੰਦੇ ਨੇ ਹਾਂ ਕਰਦੀ ਆ ਭਾਨੇ ਨੂੰ ਫੋਨ ਭੂਆ ਦਾ ਫੋਨ ਆਇਆ ਭੂਆ ਹੈਲੋ ਹਾਂ ਭਾਨੇ ਆ ਮੈਂ ਥੱਲੇ ਪਹੁੰਚ ਗਈ ਵੇ ਮੈਨੂੰ ਆ ਕੇ ਲੈ ਜਾ ਇੱਥੋਂ ਠੀਕ ਆ ਚੰਗਾ ਥੱਲੇ ਖੜੀ ਆ ਮੈਂ ਆ ਗਿਆ ਤੂੰ ਆ ਗਿਆ ਠੀਕ ਆ ਬਥੇਰੀਆਂ ਪਹਿਲਾਂ ਕਿੱਥੇ ਜਿਹੜੀਆਂ ਮੈਂ ਮੋਹਲਾ ਚ ਜਾਂਦੀ ਰਹੀ ਆ
ਲਿਆਉਣਾ ਖਰਚਾ ਗਲਤ ਦੱਸਦਾ ਮੈਂ ਬਸ ਪਾਣੀ ਨੂੰ ਕੀ ਆ ਮੈਂ ਸਾਰੀ ਗੱਲ ਦੱਸ ਦੇ झोटे वांगू लिटिया पिया उथे जवाक गर्मी च मरे पए ने इधर आप एसी छड़ी बैठा जवाका दी पढ़ाई खराब करदा तू पढ़ लीन दा तंग करदा मैं आप इथे एसी छड़ी बैठा गर्मी च मरी जांदे ने जवाक जवाक गर्मी च मरी जांदे कुत्ते दी पूछ आओ दो कमरे दो टट्टी खाने लाई बैठे इथे 35 लाख भज गए मेरे साले 35 लाख दे नां नूं है मेरे पैसे जाणते तू इन्हां दी हमायत न बन दी है पोते मेरे जवान मैं सिखिया दिती सी ए मेरे सालिया ने सिखिया नहीं लई फिर कहिंदे बाबा बोलदा बाबा बोले नाम जी भैन से फेरे मेरे बाबे मगर लग के गलां दे मेरे ना लड़न आ गई तू है मैं इथे छांक नू नहीं बैठा गा तैनू इथे कोई लैण रहण दी लोड़ नहीं पिंड मैं नहीं जांदा मैं तां इथे दऊं मेरे पैसियां नू मेरे छालियां ने खराब करता मगर लिया के आई है तू मैं नहीं जांदा मैं तां इथे रहूंगा हां मैं तां इथे रहूंगा बाबा बोलदा बाबा बोले ना आपकी भैन दे फेरे मर पावे हां एक गल सुना मैंने मेरी आपां ऐ करदे आ तां पिंड लैके जाऊं दोनां नूं मैं नहीं तौली रहूं पिंड पुआ पढ़ाई आ साडी तैनूं पता किड्डी पढ़ाई आ तेरे पोतरे आईपीएस अफसर बनना पढ़ के आईपीएस बस कर भाई बने एडा वड्डा नंबर पुआ 38000 रुपया सौन लगे ओए मरे पुआ मेरे अखां दे थल्लों के पढ़ पढ़ के थल्लों कालियां होईयां पेने पुआ मेरा गल दी समझ नहीं आउंदी ओ तां कंजर हरख्या फिरदा ਉਹੀ ਹਰਕਾ ਬੰਦਾ ਪੂਆ ਉਹਦਾ ਬਣ ਕੇ ਮੇਰੀ ਗੱਲ ਸੁਣਾ ਤੇਰੇ ਪਰੇ ਹੱਥਾਣਾ ਜੋ ਮਰਜ਼ੀ ਕਰ ਅਸੀਂ ਨਹੀਂ ਜਾਣਾ ਉਹਨੂੰ ਲੈ ਜਾ ਐਂ ਕਰੋ ਆਪਾਂ ਤਿੰਨੇ ਬਹਿ ਕੇ ਕੁਝ ਸੋਚਦੇ ਆ ਵੀ ਹੱਲ ਕੀ ਨਿਕਲੇ ਕੀ ਸੋਚੇਗੀ ਪੂਆ ਤੇ ਸੋਚੋ ਕੁਛ ਨਾ ਕੁਛ ਕੀ ਹੱਲ ਕਰੀਏ ਕੰਜਰ ਦਾ ਕੋਈ ਸੋਚ ਸਾਡਾ ਨਹੀਂ ਦਿਮਾਗ ਕੰਮ ਕਰਦਾ ਸਾਡਾ ਦਿਮਾਗ ਬਿੱਜੂ ਬਣਾਤਾ ਇਹਨੇ ਵੇ ਉਹ ਤਾਂ ਇੱਕ ਗੱਲ ਤੇ ਪਿੱਛੇ ਪਿਆ ਹੋਇਆ ਤੁਸੀਂ ਉਹਦਾ ਸਾਰਾ ਪੈਸਾ ਉਜਾੜਤਾ ਕਹਿੰਦਾ ਐਸੀਆਂ ਕਰਦੇ ਨੇ ਅਸੀਂ ਵੀ ਨਾ ਦਿੰਦੇ ਪੜ੍ਹਾਈ ਖਰਾਬ ਹੋ ਗਈ ਉੱਥੇ ਤਾਂ
हिंदी बहुत है, मैं थोड़े बापू नू शुरू तो जान दिया, हिंड फड़ी बैठा कहना सोनू पिंड लेके जाऊ। बुआ मेरी गल सुन ला, साथो पिंड एक दिन नहीं कटा जाना ठीक है। ओ गल सुन ला ओए, जे पांच चार दिन पिंड लाएंगे तो की हुंदा, बुआ दी गल मान लेना, बुआ जाना नहीं हुणे पिंड। बुआ उस बाद तू जिम्मेवारी लेनी है, साडे पिछे नहीं आऊगा। ओए मैं जिम्मेदारी लेनी है, एक बारी पिंड तो चलो मैं आप ही बापू जी बापू जी उठो भेज दूंगा वो सारा सामान ट्राली च लद के ले जूगा। इन्होंने तो मेरे खाले ने भी कुटाया, गांजा जाए मेरी जुत्ती चक ले, छोटे कपड़े कपड़े ला चल दे बुढ़ा मैं पौड़िया सा नहीं आना तो गुड़िया तू मेरे अपने भाईवाना की चढ़ाई खोल दिखी बापू मैं खोल टिकी अगली बारी आ जू हूं राह दा पता लग गया बापू फ्लैट नही ला चलो फट चाबी मैनू फड़ा दे चाबी तू आए कल आपकी भूआ न बहगा मैं मुझे चंगा बापू तेरे ना चलो ना मैं तो नहीं तू ऐसा नहीं बहगा।
ठंडा कूलर छोड़ दे बर्फ पानी से।